अस्सलाम वालेकुम, मेरी तरफों तमाम शायकीन नू जितने वालीबाल दे शायकीन हो साडे जान वाले हो वेखण वाले हो सब तो पहला सारे नू अस्सलाम वालेकुम। ए वीडियो स्पैशल आई मैं बनाना पिया ए राती तुसी सारेयां वेखी होनी है कि एक वीडियो बनी जिदे विच तीन टीमां ने ओ सूरज यासीन ते हाथ रखे कि असीं कांजू स्टेडियम विच नहीं खेडना, नाल सजाद अकबर जख्मी भी रखे कि मैं अगू तू ग्राउंडां विच शराब नहीं पीन लिया निकल लिया बहुत अच्छी गल है। इस गल की बड़ी खुशी है भाई क्योंकि पाक चीज है ग्राउंड इहदे विच इज्जतां लभियां ने खिलाड़ियों ते इंज उन्हें बड़ा अच्छा फैसला किया जिहड़ा यह फैसला किया कि गुआई का काम नहीं करांगा। लेकिन मसला है कि वह मलिक शहादत दे स्टेडियम विच नहीं पे खेडते, क्यों नहीं पे खेडते कि सिर्फ बाकी पहला इस तों पहला तुसीं वेखदे रहे हो कि ਉਹ ਮੈਚਾਂ ਤੇ ਅਕਸਰ ਉਹ ਕੋਈ ਨਾ ਕੋਈ ਹੰਗਾਮਾ, ਆਵਾਮ ਨਾਲ ਬਦਤਮੀਜ਼ੀ, ਖਿਲਾੜੀਆਂ ਨਾਲ ਬਦਤਮੀਜ਼ੀ, ਤਮਾਸ਼ਾਈਆਂ ਨਾਲ ਬਦਤਮੀਜ਼ੀ, ਕਿਸੇ ਬੰਦੇ ਕੁਝ ਨਹੀਂ ਕੀਤਾ, ਸਾਰਿਆਂ ਪੋਸਟਾਂ ਲਾਈਆਂ ਨੇ ਇੰਜ ਨਹੀਂ ਹੋਣਾ ਚਾਹੀਦਾ ਇੰਜ ਨਹੀਂ ਹੋਣਾ ਚਾਹੀਦਾ, ਐਕਸ਼ਨ ਕਿਸੇ ਵੀ ਨਹੀਂ ਲਿਆ ਉਹਦੇ ਤੇ। ਇਹ ਕਾਂਜੂ ਸਟੇਡੀਅਮ ਵਿੱਚ ਕੰਮ ਹੋਇਆ, ਮਲਿਕ ਸਾਹਿਬ ਨੇ ਇਹ ਉਹਦੇ ਨਾਲ ਜੋ ਵੀ ਕੀਤਾ ਉਸ ਟਾਈਮ ਬਣਦਾ ਵੀ ਇਹ ਆ ਕਿਉਂਕਿ ਇਤਨੀ ਦੁਨੀਆ ਉਸ ਗਰਾਊਂਡ ਵਿੱਚ ਆਉਂਦੀ ਹੈ, ਮੈਚ ਵੇਖਦੀ ਹੈ ਕਿਉਂਕਿ ਪੁਰਸਕੂਨ ਮਾਹੌਲ ਹੁੰਦਾ, ਪੁਰਸਕੂਨ ਮੈਚ ਹੁੰਦੇ ਨੇ, ਮੈਂ ਵੀ ਖੇਡਦਾ ਰਿਹਾ ਉੱਥੇ। ਲੇਕਿਨ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਉਦੋਂ ਵੀ ਬੜਾ ਸੋਹਣਾ ਮੈਚ ਪਿਆ ਹੁੰਦਾ, ਸਿਰਫ ਇਸ ਇੱਕ ਚੀਜ਼ ਦੀ ਵਜ੍ਹਾ ਤੋਂ, ਇੱਕ ਖਰਾਬੀ ਦੀ ਵਜ੍ਹਾ ਤੋਂ ਉੱਥੇ ਇਤਨਾ ਖਰਾਬੀ ਹੋਈ ਹੈ ਤੇ ਉਹਨੇ ਫਿਰ ਇਹ ਐਕਸ਼ਨ ਲਿਆ ਔਰ ਉਹਦਾ ਐਕਸ਼ਨ ਬਣਦਾ ਹੈ ਭਾਈ ਜੀ ਕਿਉਂਕਿ ਉਹਦੀ ਇਤਨੀ ਮਿਹਨਤ ਹੈ, ਇਤਨੇ ਉਹਦੀ ਆਵਾਮ ਉਹਦੇ ਸਟੇਡੀਅਮ ਵਿੱਚ ਆਉਂਦੀ ਹੈ, ਖਿਲਾੜੀਆਂ ਵਿੱਚ ਆਉਂਦੀ, ਪਿਆਰ ਕਰਦੀ ਖਿਲਾੜੀ ਉੱਥੇ ਜ਼ੋਰ ਲਾ ਖੇਡਦੇ ਨੇ ਤੇ ਜੇ ਉਸ ਐਕਸ਼ਨ ਲਿਆ ਤੇ ਅੱਜ ਇਸ ਬੰਦੇ ਵੀ ਇਹ ਕੀਤਾ ਕਿ ਸੂਰਤ ਯਾਸੀਨ ਤੇ ਹੱਥ ਰੱਖ ਕੇ ਆਖਿਆ ਕਿ ਅੱਗੋਂ ਮੈਂ ਇਹ ਕੰਮ ਨਹੀਂ ਕਰਨ ਲਿਆ। ਲਿਹਾਜ਼ਾ ਜਿਹੜੀਆਂ ਖਿਲਾੜੀਆਂ ਆਖਿਆ ਅਸੀਂ ਨਹੀਂ ਖੇਡਣ ਲਿਆ ਉਹਨਾਂ ਦਾ ਆਪਣਾ ਇੱਕ ਫੇਲ ਹੈ, ਅਗਰ ਸ਼ਾਇਦ ਉਹਨਾਂ ਨਾ ਸਹੀ ਲੱਗਦਾ ਹੋਵੇ ਕੰਮ। ਬਾਕੀ ਸਾਡੀ ਟੀਮ ਇਨਸ਼ਾਅੱਲਾ ਗੁਜਰ ਕਲੱਬ ਜਿਤਨਾ ਚਿਰ ਅਸੀਂ ਵਾਲੀਬਾਲ ਖੇਡਦੇ ਹਾਂ, ਮੈਂ ਆਪੂ ਵਾਲੀਬਾਲ ਜਿੰਨਾ ਚਿਰ ਖੇਡਣਾ, ਜਿੱਥੇ ਜਿਸ ਜਗ੍ਹਾ ਮਲਿਕ ਸਾਹਿਬ ਸਾਨੂੰ ਆਖਣ ਅਸੀਂ ਹਾਜ਼ਰ ਹਾਂ, ਜਿਸ ਟਾਈਮ ਵੀ ਜਿੱਕਣ ਦੀ ਸੈਟਿੰਗ ਜੋ ਸਾਡੇ ਵਾਸਤੇ ਹੁਕਮ ਹੋਵੇ ਉਹਨਾਂ ਦਾ ਅਸੀਂ ਹਾਜ਼ਰ ਹਾਂ ਕਿਉਂਕਿ ਉਹਨਾਂ ਨੇ ਵਾਲੀਬਾਲ ਨੂੰ ਬਚਾਉਣ ਵਾਸਤੇ ਇੱਕ ਅੱਛਾ ਕੰਮ ਕੀਤਾ, ਬੁਰਾ ਨਹੀਂ ਕੀਤਾ। ਅਗਰ ਬੁਰਾ ਕੰਮ ਹੁੰਦਾ ਤੇ ਅਸੀਂ ਮਲਿਕਾਂ ਦੇ ਖਿਲਾਫ਼ ਵੀ ਐਕਸ਼ਨ ਲੈਣਾ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਤੇ ਜਿਹਨੇ ਵੀ ਗਲਤ ਕੀਤਾ ਉਹਦੇ ਮੁਖਾਲਫ ਹੀ ਹੋਏ ਹਾਂ, ਜਿਹਨੇ ਸਹੀ ਕੀਤਾ ਉਹਦਾ ਸਾਥ ਦਿੱਤਾ। ਔਰ ਮਲਿਕ ਸਾਹਿਬ ਤੇ ਸਾਡੇ ਵੱਡੇ ਭਾਈ ਵੀ ਆਏ ਨੇ, ਠੀਕ ਹੈ ਜੀ, ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਤੁਹਾਡੇ ਸਾਹਮਣੇ ਸਾਰਿਆਂ ਦੇ, ਸਾਰਿਆਂ ਸਟੇਡੀਅਮ ਵਿੱਚ ਮੈਚ ਵੇਖੀ ਦੇ ਨੇ, ਅਸੀਂ ਇੱਥੇ ਬੈਠ ਕਿਉਂ ਸਾਲਾਂ ਤੋਂ ਮੈਚ ਪੇ ਵੇਖਦੇ ਹਾਂ, ਉਹਨਾਂ ਦੇ ਸਟੇਡੀਅਮ ਵਿੱਚ ਮੈਚ ਅੱਛੇ ਹੁੰਦੇ ਨੇ, ਆਵਾਮ ਵੀ ਆਉਂਦੀ, ਪਿਆਰ ਵੀ ਕਰਦੀ ਹੈ, ਸ਼ਾਇਦ ਕਈਆਂ ਬੰਦਿਆਂ ਨੂੰ ਗੱਲ ਨਹੀਂ ਸਿਖਾਉਂਦੀ ਤੇ, ਲੇਕਿਨ ਮੈਂ ਇਸ ਗੱਲ ਤੇ ਐਗਰੀ ਹਾਂ ਕਿ ਮਲਿਕਾਂ ਨੇ ਬਿਲਕੁਲ ਠੀਕ ਕੀਤਾ ਜੋ ਕੀਤਾ ਔਰ ਅਸੀਂ ਇਨਸ਼ਾਅੱਲਾ ਜਦੋਂ ਤੱਕ ਖੇਡਦੇ ਹਾਂ ਵਾਲੀਬਾਲ ਅਸੀਂ ਮਲਿਕਾਂ ਦੇ ਨਾਲ ਹਾਂ, ਸਾਡੀ ਟੀਮ ਮਲਿਕਾਂ ਦੇ ਨਾਲ ਹੈ, ਜਿਸ ਟਾਈਮ ਜਿੱਥੇ ਜਿੱਕਣ ਦੀ ਸੈਟਿੰਗ ਰੱਖ ਕੇ ਆਖਣ ਅਸੀਂ ਹਾਜ਼ਰ ਹਾਂ। ਤੇ ਲਿਆਦਾ ਤੁਹਾਨੂੰ ਸਾਰਿਆਂ ਨੂੰ ਤਮਾਸ਼ਾਈਆਂ ਨੂੰ ਪਤਾ, ਚਾਹਣ ਵਾਲਿਆਂ ਨੂੰ ਪਤਾ, ਤੁਸੀਂ ਮੈਚ ਵੇਖਣ ਆਉਂਦੇ ਹੋ ਨਾ ਕਿ ਉੱਥੇ ਤਮਾਸ਼ਾ ਵੇਖਣ ਆਉਂਦੇ ਹੋ, ਮੈਚ ਵਾਲੀਬਾਲ ਵੇਖਣ ਆਉਂਦੇ ਹੋ, ਖਿਲਾੜੀ ਖੇਡਣ, ਮਿਹਨਤ ਕਰਕੇ ਖੇਡਣ ਜਿੱਥੇ ਵੀ ਖੇਡਣ, ਔਰ ਇਹ ਕਿਸੇ ਦੀ ਵੀ ਕੋਈ ਜ਼ਾਰਾਗਿਰੀ ਨਹੀਂ ਹੈ, ਕੋਈ ਬਦਮਾਸ਼ੀ ਦਾ ਕਿਸੇ ਦਾ ਕੰਮ ਕੋਈ ਨਹੀਂ ਬਣਦਾ, ਅਸੀਂ ਭਾਵੇਂ ਖਿਲਾੜੀ ਵੀ ਹੋ ਕੇ ਵੀ ਸਾਡਾ ਵੀ ਕੋਈ ਕੰਮ ਨਹੀਂ ਬਣਦਾ ਕਿਸੇ ਤਮਾਸ਼ਾਈ ਨਾਲ ਬਦਤਮੀਜ਼ੀ ਕਰਨੀ, ਕਿਸੇ ਬੰਦੇ ਨਾਲ ਬਦਤਮੀਜ਼ੀ ਕਰਨੀ, ਕੋਈ ਕਿਸੇ ਕਿਸਮ ਦੀ ਵੀ, ਕਿਉਂਕਿ ਅਸੀਂ ਗਰਾਊਂਡ 'ਚ ਜਾਂਦੇ ਹਾਂ ਖੇਡਣ ਜਾਂਦੇ ਹਾਂ, ਨਾ ਕਿ ਅਸੀਂ ਉੱਥੇ ਬਦਮਾਸ਼ੀ ਕਰਨ ਜਾਂਦੇ ਹਾਂ, ਠੀਕ ਹੈ, ਇਹ ਬਿਲਕੁਲ ਗਲਤ ਹੈ। ਔਰ ਕਾਂਜੂ ਸਟੇਡੀਅਮ ਇਨਸ਼ਾਅੱਲਾ 24 ਨੂੰ ਮੈਚ ਜ਼ਰੂਰ ਹੋਵੇਗਾ ਔਰ ਸਭ ਨੂੰ ਦਾਵਤ ਦਿੱਤੀ ਜਾਂਦੀ ਉੱਥੇ ਜ਼ਰੂਰ ਆਵੇ, ਪਾਕਿਸਤਾਨ ਦੇ ਇਨਸ਼ਾਅੱਲਾ ਅੱਛੇ ਖਿਲਾੜੀ ਖੇਡਣ ਦੇ ਉੱਥੇ, ਇੰਝ ਦੀ ਕੋਈ ਗੱਲ ਨਹੀਂ ਹੈ ਤੇ ਸਭ ਨੂੰ ਸਾਡੀ ਤਰਫ਼ ਦਾਵਤ ਦਿੱਤੀ ਜਾਂਦੀ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ, ਵਾਲੀਬਾਲ ਸ਼ਕੀਨ ਹਜ਼ਰਾਤ ਕੀ ਹਾਲ ਹੈ, ਠੀਕ ਠਾਕ ਹੋ, ਸਿਹਤ ਵੀ ਠੀਕ ਹੈ। ਇਨਸ਼ਾਅੱਲਾ ਇਸੇ ਮਹੀਨੇ 24 ਤਰੀਕ ਕਾਂਜੂ ਸਟੇਡੀਅਮ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਅਤੇ ਕਾਂਜੂ ਵਾਲਿਓ ਤੁਸੀਂ ਮੇਲਾ ਲਗਾਓ, ਗੁੱਜਰ ਜ਼ਰੂਰ ਆਏਗਾ ਜੀ। ਅਸਲਾਮ ਵਾਲੇਕੁਮ ਵਾਲੀਬਾਲ ਸ਼ਾਇਕੀਨ, ਠੀਕ ਹੋ, ਖੈਰ ਖਰੀ ਹੈ ਅਤੇ ਇਨਸ਼ਾਅੱਲਾ 24 ਅਕਤੂਬਰ ਬਰੋਜ਼ ਹਫ਼ਤਾ ਰਾਤ 7 ਵਜੇ ਕਾਂਜੂ ਸਟੇਡੀਅਮ, ਜਿਹੜੀਆਂ ਟੀਮਾਂ ਇਸ਼ਤਿਹਾਰ ਦੇ ਮੁਤਾਬਕ ਲਿਖੀਆਂ ਉਹਨਾਂ ਦੇ 4 ਟੀਮਾਂ ਕਾਂਜੂ ਸਟੇਡੀਅਮ ਮੌਜੂਦ ਹੋਸਣ। ਆਵਾਮ ਟੈਨਸ਼ਨ ਨਹੀਂ ਲੈਣੀ, ਇਹ ਵੀਡੀਓ ਅੱਜ ਨਹੀਂ, ਇਹ ਵੀਡੀਓ 2014 ਤੋਂ ਬਣਨ ਲੱਗੀਆਂ। ਇਨਸ਼ਾਅੱਲਾ ਅਸੀਂ ਸੱਚ ਤੇ ਆਏ ਅਤੇ ਅੱਲਾ ਪਾਕ ਵੀ ਸੱਚੇ ਬੰਦੇ ਦਾ ਸਾਥ ਦਿੰਦਾ ਹੈ। ਅਸੀਂ ਜਿਹੜਾ ਕਰਨਾ ਆਵਾਮ ਵਾਸਤੇ ਕਰਨਾ ਹੈ ਕਿਉਂਕਿ ਆਵਾਮ ਤੋਂ ਟਿਕਟ ਲੈਂਦੇ ਹਾਂ ਬਾਈ। ਸਾਡੇ ਸਟੇਡੀਅਮ ਵਿੱਚ ਕੋਸ਼ਿਸ਼ ਕਰੀਦੀ ਹੈ ਨਸ਼ਾ ਨਾ ਚੱਲੇ ਬਾਈ ਜਾਨ, ਕੋਈ ਜਿੱਡਾ ਵੀ ਚੌਧਰੀ ਹੈ ਨਾ ਅਸਾਂ ਨਸ਼ਾ ਚੱਲਣ ਦਿੱਤਾ ਹੈ ਅਤੇ ਨਾ ਇਨਸ਼ਾਅੱਲਾ ਇੰਦਾ ਕਾਂਜੂ ਸਟੇਡੀਅਮ ਵਿੱਚ ਚੱਲਸੀ। ਇਸ ਵਜ੍ਹਾ ਤੋਂ ਕੋਈ ਲੜਦਾ ਹੈ ਲੱਖ ਵਾਰੀ ਲੜੇ ਬਾਈ ਜਾਨ, ਹੁਣ ਸਾਡੇ ਵਿਰਾਟ, ਲੇਕਿਨ ਇਸ ਗੱਲ ਵਿੱਚ ਕਾਈ ਰਿਆਇਤ ਨਹੀਂ ਕਿਉਂਕਿ ਅਸੀਂ ਆਵਾਮ ਤੋਂ ਟਿਕਟ ਲੈਣੀ ਹੁੰਦੀ, ਅਸੀਂ ਕੋਲੋਂ ਮੈਚ ਨਹੀਂ ਕਰਨਾ ਹੁੰਦਾ। ਇਹ ਖੇਡਣ ਦਾ ਮਤਲਬ ਇਹ ਨਹੀਂ ਵੀ ਉੱਥੇ ਗਰਾਊਂਡ ਹੈ ਨਸ਼ੇ ਕਰੋ ਬਾਈ ਜੀ, ਬਾਹਰ ਤੁਹਾਡੇ ਕੋਲ ਹਜ਼ਾਰ ਜਗ੍ਹਾ ਹਨ ਜਿਵੇਂ ਦਿਲ ਤੁਸੀਂ ਕਰੋ, ਲੇਕਿਨ ਬਾਈ ਜੀ ਵਾਲੀਬਾਲ ਵਿੱਚ ਨਹੀਂ।
भाई इंशाल्लाह चार टीमां भी खांजू स्टेडियम मौजूद हो सन, टेंशन नहीं लेनी, फुल मुकम्मल इंतजाम के नाल इंशाल्लाह 24 अक्तूबर खांजू स्टेडियम।